ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਾਡੇ ਜੋ ਅਕੈਡਮੀ ਦੇ ਕੁਛ ਸਟੂਡੈਂਟਸ ਹੈ ਪੁਰਾਣੇ ਤੇ ਕੁਛ ਨਵੇਂ ਆ ਰਹੇ ਹੈ, ਤੇ ਜਦੋਂ ਉਹ ਕੋਈ ਗੱਲ ਸੁਣਦੇ ਹੈ ਨੈਟ ਦੇ ਉੱਤੇ ਜਾਂ ਤੁਹਾਡੀਆਂ ਆਡੀਓਜ਼ ਵੀਡੀਓਜ਼ ਦੇਖਦੇ ਆ ਸੁਣਦੇ ਆ, ਤਾਂ ਉਹਨਾਂ ਦਾ ਵੀ ਦਿਲ ਕਰਦਾ ਵੀ ਅਸੀਂ ਕੁਛ ਲੋਕਾਂ ਨੂੰ ਦੱਸੀਏ, ਲੇਕਿਨ ਉਹਨਾਂ ਤੋਂ ਦੱਸ ਨਹੀਂ ਹੁੰਦਾ, ਉਹ ਐਕਸਪਲੇਨ ਨਹੀਂ ਕਰ ਪਾਉਂਦੇ ਵੀ ਅਸੀਂ ਉਹਨਾਂ ਨੂੰ ਕੁਛ ਦੱਸਣਾ ਚਾਹੁੰਦੇ ਹਾਂ ਪਰ ਦੱਸ ਨਹੀਂ ਸਕਦੇ, ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜਾਣੀ ਜੀ, ਤੁਸੀਂ ਦੱਸ ਨਹੀਂ ਸਕਦੇ, ਉਹਦੇ ਵਾਸਤੇ ਮੂੰਹ ਮਤ ਖੋਲੋ ਜੀ। ਜਿਹੜੀ ਚੀਜ਼ ਮੈਂ ਦੱਸ ਨਹੀਂ ਸਕਦਾ, ਐਕਸਪਲੇਨ ਕਰ ਨਹੀਂ ਸਕਦਾ, ਉਹਦੇ ਖਾਤਰ ਬੋਲਣਾ ਬੇਵਕੂਫੀ ਤੋਂ ਸਿਵਾ ਕੁਛ ਨਹੀਂ ਜੀ। ਅਸਲ ਨਵੀਂ ਤਾਂ ਲੋੜ ਤੁਹਾਨੂੰ ਸਿੱਖਣ ਦੀ ਹੈ, ਸਟੂਡੈਂਟਸ ਨੂੰ ਵਿਚਾਰ ਕਰਨ ਦੀ ਹੈ, ਬਹਿਸ ਕਰਨ ਦੀ ਸਾਨੂੰ ਲੋੜ ਨਹੀਂ ਹੈ। ਵਿਚਾਰ ਰੱਖੇ ਤੇ ਅਸੀਂ ਵੀ ਬਹਿਸ ਨਹੀਂ ਕੀਤੀ, ਵਿਚਾਰ ਰੱਖੇ ਤੇ ਉਹ ਜਿਹੜੇ ਪਿਛਲੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਦੱਸਿਆ ਸੋਧਿਆ ਸੀਗਾ ਵੀ ਗੁਰਬਾਣੀ ਆਹ ਕਹਿੰਦੀ ਹੈ, ਅਸੀਂ ਫੇਰ ਉਲਟੇ ਰਾਹ ਪੈ ਕੇ ਆਹ ਜਾਣ ਕੇ ਬਣਾ ਤੇ ਕੁਛ ਲੋਕਾਂ ਨੇ, ਉਹ ਸੋਧ ਕੇ ਦੁਬਾਰਾ ਸੋਧ ਕੇ ਦੱਸਿਆ ਸੀ ਉਹਨਾਂ ਨੇ, ਉਹ ਬਹਿਸ ਦਾ ਮੁੱਦਾ ਬਣਾ ਸਮਝ ਲਿਆ ਜਾਂ ਮੰਨ ਲਿਆ। ਅਸੀਂ ਉਹਨਾਂ ਨੂੰ ਕਿਹਾ ਵਿਚਾਰ ਕਰਕੇ ਦੱਸੋ, ਹੁਣ ਖੈਰ ਸਾਰੇ ਮੰਨ ਗਏ ਨੇ, ਬਹੁਤ ਬਾਲੀ ਪੈ ਚੁੱਕੀ ਹੈ, ਲੋੜ ਹੈ ਸਮਝਣ ਦੀ। ਬਸ ਜਿਹੜਾ ਨਹੀਂ ਸਮਝੂਗਾ ਉਹ ਬਿਨਾਂ ਤੁਹਾਡੇ ਜਿਹੜੇ ਤੁਸੀਂ ਹੋ ਨਾ, ਕੁਛ ਲੋਕਾਂ ਦਾ ਬਹਿਸ ਦਾ ਹੀ ਵਿਸ਼ਾ, ਉਹਨਾਂ ਨੇ ਨਾ ਬੋਲਣਾ ਨਾ ਸਮਝਣਾ, ਉਹ ਆਪ ਸਮਝੀ ਬਹਿਸ ਕਰਦੇ ਰਹੇ। ਜਿਹਨਾਂ ਨੇ ਗਾਹਾਂ ਵਧਣਾ ਜੀ ਸੱਚਖੋਜ ਅਕੈਡਮੀ ਦੇ ਨਾਲ ਚੱਲਣਾ, ਗਾਹਾਂ ਵਧਣਾ, ਜਿਹਨਾਂ ਨੇ ਵਾਕਿਆ ਹੀ ਕੁਛ ਲੈਣਾ ਉਹ ਇਸ ਤਰ੍ਹਾਂ ਪਹਿਣੇ ਲੋ, ਇਸ ਤਰ੍ਹਾਂ ਪਹਿਣੇ ਹੋਏ ਬਥੇਰੇ ਨੇ ਹੋਰ ਵਿਦਵਾਨ, ਵਿਦਵਾਨਾਂ ਦਾ ਰਸਤਾ ਹੈ, ਬੁੱਧੀਵਾਨਾਂ ਦਾ ਰਸਤਾ ਨਹੀਂ ਹੈ ਜੀ। ਤੁਸੀਂ ਬਸ ਤੋਂ ਅੱਗੇ ਸੁਣੋ ਸਮਝੋ, ਅਸੀਂ ਸਾਨੂੰ ਇੱਕ ਤਾਂ ਇਹ ਜੇ ਸਵਾਇ ਟਾਈਮ ਵੇਸਟੇਜ ਕੁਛ ਨਹੀਂ ਹੈ, ਸੁਣਨ ਔਰ ਸਮਝਣ ਵਾਸਤੇ ਹੀ ਹਦਾਇਤ ਹੈ ਸਭ ਨੂੰ, ਬਾਅਦ ਵਿਵਾਦ ਚ ਅਸੀਂ ਨਹੀਂ ਪੈਣ, ਸਾਨੂੰ ਨੀ ਲੋੜ ਪੈਣ ਦੀ। ਇਹੀ ਮੈਸੇਜ ਹੈ ਸਾਰਿਆਂ ਨੂੰ, ਜੇ ਕੋਈ ਬਾਅਦ ਵਿਵਾਦ ਚ ਪੈਂਦਾ ਅਸੀਂ ਉਹ ਸਮਝਾਂਗੇ ਵੀ ਉਹ ਸਾਡਾ ਸਟੂਡੈਂਟ ਹੀ ਜੀ।